ਮੋਹਾਲੀ ਜ਼ਿਲ੍ਹੇ ਦੀ ਖਰੜ ਦੇ ਸਾਨੀ ਐਨਕਲੇਵ ਚੌਂਕੀ ਨੇ ਤਿੰਨ ਅਚੋਰਾ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 16 ਟੋਨੇ ਸੋਨਾ ਚਾਂਦੀ ਡਾਇਮੰਡ ਉਹ ਰਿਕਵਰ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ 17 ਜੂਨ ਨੂੰ ਇੱਕ ਸਾਨੀ ਐਨਕਲੇਵ ਦੇ ਸਵਰਾਜ ਨਗਰ ਦੇ ਵਿੱਚ ਚੋਰੀ ਦੀ ਵਾਰਦਾਤ ਹੋਈ ਸੀ ਕਰੀਬ 5:30 ਤੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਏ ਸੀ ਹਾਲਾਂਕਿ ਪਰਿਵਾਰ ਕਿਸੇ ਪਾਰਟੀ ਦੇ ਵਿੱਚ ਗਿਆ ਹੋਏ ਸੀਗਾ ਜਦ ਪੁਲਿਸ ਨੂੰ ਸ਼ਿਕਾਇਤ ਆਈ ਤਾਂ ਪੁਲਿਸ ਨੇ ਸੀਸੀਟੀਵੀ ਚੈੱਕ ਕੀਤੇ ਤਾਂ ਇੱਕ ਪੂਰਾ ਇੱਕ ਥੈਲਾ ਲੈ ਕੇ ਉਥੋਂ ਜਾਂਦਾ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਬੰਗਲਾ ਬਸਤੀ ਦੇ ਰਹਿਣ ਵਾਲੇ ਨੇ ਪਹਿਲਾਂ ਜੱਸੀ ਨਾ ਦੇ ਜਿਹੜਾ ਸ਼ਖਸ ਹੈ ਉਸ ਨੂੰ ਕਾਬੂ ਕੀਤਾ ਸੀਗਾ ਫਿਰ ਉਸ ਤੋਂ ਪੁੱਛ ਕੇ ਪਤਾ ਲੱਗ ਗਿਆ ਕਿ ਉਹਦੇ ਜਿਹੜੇ ਦੋ ਸਾਥੀ ਹੈ ਉਹਦੇ ਇਸ ਪੂਰੇ ਇਨਵੋਲ ਸਿਗੇ ਤਿੰਨਾਂ ਨੂੰ ਹੁਣ ਕਾਬੂ ਕਰ ਲਿਆ ਗਿਆ ਜਿਹੜੀ ਰਿਕਵਰੀ ਹੋਈ ਹੈ ਸੋਨਾ ਇਹਦੇ ਵੀ ਚਾਂਦੀ ਡਾਇਮੰਡ ਔਰ ਰਿਕਵਰ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿ ਆਪਾਂ ਗੱਲ ਕਰ ਲਈ ਖਰੜ ਦੀ ਕਈ ਚੋਰੀ ਦੀ ਲੁੱਟ ਦੀ ਵਾਰਦਾਤਾਂ ਹਾਲਾਂਕਿ ਇਹਦੇ ਵਿੱਚ ਕਈ ਗ੍ਰਿਫਤਾਰੀਆਂ ਵੀ ਹੋਈਆਂ ਲੇਕਿਨ ਕਿਤੇ ਨਾ ਕਿਤੇ ਪਿਛਲੇ ਦਿਨਾਂ ਅਸੀਂ ਗੱਲ ਕਰ ਲਈ ਲੋਕਾਂ 'ਚ ਸਹਿਮ ਦਾ ਮਾਹੌਲ ਜ਼ਰੂਰ ਵੇਖਣ ਨੂੰ ਮਿਲ ਰਿਹਾ ਸੀਗਾ ਕਿ ਚੋਰੀ ਦੀ ਵਾਰਦਾਤਾਂ ਲੁੱਟ ਦੀ ਵਾਰਦਾਤਾਂ ਸਨੇਚਿੰਗ ਦੀ ਵਾਰਦਾਤਾਂ ਸਾਹਮਣੇ ਆ ਰਹੀ ਸੀ ਹਾਲਾਂਕਿ ਪੁਲਿਸ ਵੱਲੋਂ ਹੁਣ ਐਕਸ਼ਨ ਜ਼ਰੂਰ ਵੇਖਣ ਨੂੰ ਮਿਲ ਰਿਹਾ ਔਰ ਸੀਸੀਟੀਵੀ ਜੈਸੀ ਗੱਲ ਕਰ ਲਈਏ ਜਾਂ ਫਿਰ ਜਿਹੜਾ ਡੰਪ ਡਾਟਾ ਦੀ ਮਦਦ ਨਾਲ ਸੀ ਟੀ ਵੀ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਚੋਰ ਹੈ ਉਹ ਸਾਰਾ ਸਮਾਨ ਲੈ ਕੇ ਇੱਕ ਬੋਰੇ ਜਿਹੇ ਚ ਭਰ ਕੇ ਉੱਥੋਂ ਨਿਕਲਦਾ ਨਜ਼ਰ ਆ ਰਿਹਾ ਹੈ ਸਵੇਰ ਦੀ ਇਹ ਸੀਸੀ ਟੀ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਬਲੈਕ ਕਲਰ ਦੇ ਜਿਹੜੇ ਕੱਪੜੇ ਪਾਏ ਹੋਏ ਨੇ ਹਾਲਾਂਕਿ ਇਸੇ ਦੇ ਆਧਾਰ ਤੇ ਉਹਦੀ ਪਛਾਣ ਕੀਤੀ ਗਈ ਸੀ ਕ੍ਰਿਮਨਲ ਬੈਕਗਰਾਉਂਡ ਚੈੱਕ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਹੁਣ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਅੱਗੇ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਖਰੜ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ ਨਿਊਜ਼ ਏਨ ਪੰਜਾਬ ਮੌਹਲੀ ਜ਼ਿਲ੍ਹੇ ਦੀ ਚੌਕੀ ਨੇ ਤਿੰਨ ਚੋਰਾ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 16 ਟੋਨੇ ਸੋਨਾ ਚਾਂਦੀ ਡਾਇਮੰਡ ਉਹ ਰਿਕਵਰ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ 17 ਜੂਨ ਨੂੰ ਇੱਕ ਸਾਨੀ ਇਨਕਲੇਵ ਦੇ ਸੌਰਾਜ ਨਗਰ ਦੇ ਵਿੱਚ ਚੋਰੀ ਦੀ ਵਾਰਦਾਤ ਹੋਈ ਸੀ ਕਰੀਬ 5:30 ਤੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਏ ਸੀ ਹਾਲਾਂਕਿ ਪਰਿਵਾਰ ਕਿਸੇ ਪਾਰਟੀ ਦੇ ਵਿੱਚ ਗਿਆ ਹੋਏ ਸੀਗਾ ਜਦ ਪੁਲਿਸ ਨੂੰ ਸ਼ਿਕਾਇਤ ਆਈ ਤਾਂ ਪੁਲਿਸ ਨੇ ਸੀਸੀਟੀਵੀ ਚੈੱਕ ਕੀਤੇ ਤਾਂ ਇੱਕ ਪੂਰਾ ਇੱਕ ਥੈਲਾ ਲੈ ਕੇ ਉੱਥੋਂ ਜਾਂਦਾ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਬੰਗਲਾ ਬਸਤੀ ਦੇ ਰਹਿਣ ਵਾਲੇ ਨੇ ਪਹਿਲਾਂ ਜੱਸੀ ਨਾ ਦੇ ਜਿਹੜਾ ਸ਼ਖਸ ਹੈ ਉਸ ਨੂੰ ਕਾਬੂ ਕੀਤਾ ਸੀਗਾ ਫਿਰ ਉਸ ਤੋਂ ਪੁੱਛ ਕੇ ਪਤਾ ਲੱਗ ਗਿਆ ਕਿ ਉਹਦੇ ਜਿਹੜੇ ਦੋ ਸਾਥੀ ਹੈ ਉਹਦੇ ਇਸ ਪੂਰੇ ਇਨਵਾਲਵ ਸਿਗੇ ਤਿੰਨਾਂ ਨੂੰ ਹੁਣ ਕਾਬੂ ਕਰ ਲਿਆ ਗਿਆ ਜਿਹੜੀ ਰਿਕਵਰੀ ਹੋਈ ਹੈ ਸੋਨਾ ਇਹਦੇ ਵਿੱਚ ਚਾਂਦੀ ਡਾਇਮੰਡ ਉਹ ਰਿਕਵਰ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਜੀ ਆਪਾਂ ਗੱਲ ਕਰ ਲਈ ਖਰੜ ਦੀ ਕਈ ਚੋਰੀ ਦੀ ਲੁੱਟ ਦੀ ਵਾਰਦਾਤਾਂ ਹਾਲਾਂਕਿ ਇਹਦੇ ਵਿੱਚ ਕਈ ਗ੍ਰਿਫਤਾਰੀਆਂ ਵੀ ਹੋਈਆਂ ਲੇਕਿਨ ਕਿਤੇ ਨਾ ਕਿਤੇ ਪਿਛਲੇ ਦਿਨਾਂ ਅਸੀਂ ਗੱਲ ਕਰ ਲਈ ਲੋਕਾਂ 'ਚ ਸਹਿਮ ਦਾ ਮਾਹੌਲ ਜ਼ਰੂਰ ਵੇਖਣ ਨੂੰ ਮਿਲ ਰਿਹਾ ਸੀਗਾ ਕਿ ਚੋਰੀ ਦੀ ਵਾਰਦਾਤਾਂ ਲੁੱਟ ਦੀ ਵਾਰਦਾਤਾਂ ਸਨੇਚਿੰਗ ਦੀ ਵਾਰਦਾਤਾਂ ਸਾਹਮਣੇ ਆ ਰਹੀ ਸੀ ਹਾਲਾਂਕਿ ਪੁਲਿਸ ਵੱਲੋਂ ਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਔਰ ਸੀਸੀਟੀਵੀ ਜੈਸੀ ਗੱਲ ਕਰ ਲਈਏ ਜਾਂ ਫਿਰ ਜਿਹੜਾ ਡੰਪ ਡਾਟਾ ਦੀ ਮਦਦ ਨਾਲ ਜਿਹੜੇ ਚੋਰ ਨੇ ਲੁਟੇਰੇ ਨੇ ਸਨੇਚਰਸ ਨੇ ਉਹਨਾਂ ਨੂੰ ਕਾਬੂ ਕਰਨ ਦੇ ਵਾਸਤੇ ਲਗਾਤਾਰ ਟੀਮਾਂ ਲੱਗੀ ਹੋਈ ਹੈ ਹਾਲਾਂਕਿ ਇਸ ਸੀਸੀਟੀਵੀ ਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਚੋਰ ਹੈ ਉਹ ਸਾਰਾ ਸਮਾਨ ਲੈ ਕੇ ਇੱਕ ਬੋਰੇ ਜਿਹੇ ਚ ਭਰ ਕੇ ਉੱਥੋਂ ਨਿਕਲਦਾ ਨਜ਼ਰ ਆ ਰਿਹਾ ਸਵੇਰ ਦੀ ਇਹ ਸੀਸੀਟੀਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਬਲੈਕ ਕਲਰ ਦੇ ਜਿਹੜੇ ਕੱਪੜੇ ਪਾਏ ਹੋਏ ਨੇ ਹਾਲਾਂਕਿ ਇਸੇ ਦੇ ਆਧਾਰ ਤੇ ਉਹਦੀ ਪਛਾਣ ਕੀਤੀ ਗਈ ਸੀ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਹੁਣ ساری ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਅੱਗੇ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਖੜ੍ਹਤ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ ਨਿਊਜ਼ 24 ਪੰਜਾਬ